ਜਸਵੀਰ ਪੁੱਲਰ ਦੀ ਕਹਾਣੀ ਹੈ ਰਿਸ਼ਤੇ ਬੁੱਢੇ ਪੈਨਸ਼ਨੀਏ ਨੇ ਆਪਣੀ ਖੂੰਡੀ ਦੋ ਤਿੰਨ ਵਾਰ ਜ਼ਮੀਨ ਤੇ ਮਾਰੀ ਤੇ ਫਿਰ ਡਿਊਟੀ ਚ ਡੱਠੇ ਮੰਜੇ ਤੇ ਬੈਠ ਗਿਆ ਮੈਂ ਬਸ ਸੁਣੇ ਆਇਆ ਖੂੰਡੀ ਦੀ ਆਵਾਜ਼ ਪਛਾਣ ਕੇ ਪੂਰਨ ਸਿੰਘ ਚੁਬਾਰੇ ਚੋਂ ਹੀ ਬੋਲਿਆ ਮੰਜੇ ਤੇ ਵਿਛੇ ਖੇਸ ਦੇ ਸਰਾਣੇ ਵਾਲੇ ਪਾਸਿਓਂ ਤਾਸ਼ ਕੱਢ ਕੇ ਫੈਂਟਣ ਲੱਗ ਪਿਆ ਪੂਰਨ ਸਿੰਘ ਦੇ ਆਉਣ ਤੇ ਉਸ ਸਿਰਾਂ ਉਤਾਂ ਚੁੱਕਿਆ ਕੱਲ ਕੌਣ ਪੀਂਦਾ ਸੀ ਪਹਿਲਾਂ ਪੂਰਨ ਸਿੰਘ ਦੇ ਆਉਣ ਤੇ ਉਹ ਸਿਰ ਉਤਾਂ ਚੁੱਕਿਆ ਕੱਲ ਕੌਣ ਪੀਂਦਾ ਸੀ ਪਹਿਲਾਂ ਪੀਂਦਾ ਤਾਂ ਮੈਂ ਹੀ ਸੀ ਪਰ ਅੱਜ ਰਹਿਣ ਦਿੰਨੇ ਆ ਕਿਉਂ ਜਰਾਡੇ ਤਾਈਂ ਚੱਲਿਆ ਕਿਸੇ ਨੇ ਆਉਣਾ ਸੀ ਕੈਨੇਡਾ ਵਾਲੀ ਤਿਆਰੀ ਹੈ ਨਾ ਉਸ ਚਾਜੇ ਨਾਲ ਦੱਸਿਆ ਅੱਜ ਤੜਕੇ ਹੀ ਉਹ ਦਿੱਲੀ ਆਪੜੀ ਹੈ ਦੁਪਹਿਰ ਵਾਲੀ ਬੱਸ ਵਿੱਚ ਇੱਥੇ ਪਹੁੰਚ ਜਾਊ ਅੱਛਾ ਅੱਛਾ ਤੁਸੀਂ ਤੇ ਦੱਸਿਆ ਸੀ ਪਰ ਮੈਂ ਹੀ ਭੁੱਲ ਗਿਆ ਪੂਰਨ ਸਿੰਘ ਦੇ ਚਾਹ ਵਿੱਚ ਉਹ ਵੀ ਸ਼ਾਮਲ ਹੋ ਗਿਆ ਇਹ ਉਹ ਹੀ ਹੈ ਨਾ ਜਿਨੇ 8ਵੀਂ 9ਵੀਂ ਚ ਕਲਗੀਧਰ ਚਮਤਕਾਰ ਪੜ੍ਹ ਲਿਆ ਸੀ ਇਹ ਤਾਂ ਬਹੁਤ ਪੁਰਾਣੀ ਗੱਲ ਹੈ ਪੂਰਨ ਸਿੰਘ ਮੂੰਹ ਵੱਲ ਉਤਸ਼ਾਹ ਨਾਲ ਪਰ ਗਿਆ ਹੁਣ ਤੱਕ ਤਾਂ ਉਹਨੇ ਪਤਾ ਨਹੀਂ ਕੀ ਕੁਝ ਪੜ੍ਹ ਲਿਆ ਹੋ ਬੜੀ ਧਾਰਮਿਕ ਬਿਰਤੀ ਵਾਲੀ ਕੁੜੀ ਹੈ 10ਵੀਂ ਪਾਸ ਕਰਨ ਪਿਛੋਂ ਤਾਂ ਉਸ ਗੱਲ ਕਰਦਿਆਂ ਪੂਰਨ ਸਿੰਘ ਚਾਹ ਅੰਦਰਲੀ ਰੇਤ ਨੇ ਜੀਰ ਲਿਆ ਉਵਰਜਿਤ ਵਰਿਆਂ ਦੀ ਵਾਰਡ ਨਾਲ ਖਹਿ ਗਿਆ ਸੀ ਉਹਨੂੰ ਤੌਖਲਾ ਹੋਇਆ ਕਿਤੇ ਪੈਨਸ਼ਨੀਆਂ ਅਗਲਾ ਸਵਾਲ ਇਹ ਨਾ ਪੁੱਛ ਲੈ ਇਹ ਉਹੀ ਧੀ ਹੈ ਨਾ ਜਿਹਨੇ ਮਾਪੇਓ ਤੋਂ ਬਾਹਰ ਹੋ ਕੇ ਵਿਆਹ ਕਰਵਾ ਲਿਆ ਸੀ ਇਹ ਉਹ ਸਵਾਲ ਸੀ ਜੋ ਅੱਡੀ ਅੰਦਰ ਟੁੱਟ ਗਏ ਕੰਡੇ ਵਰਗਾ ਸੀ ਤੇ ਇਹਦਾ ਜਵਾਬ ਦੇਣ ਦੀ ਪੀੜ ਕੁਝ ਇਦਾਂ ਸੀ ਜਿਵੇਂ ਟੁੱਟ ਗਏ ਕੰਡੇ ਕਾਰਨ ਅੱਡੀ ਚ ਪਸ ਪੈ ਗਈ ਹੋਵੇ ਚਲੋ ਭਲਾ ਹੋਇਆ ਘਰ ਚ ਵੀ ਕੁਝ ਦਿਨ ਰੌਣਕ ਰਹੂ ਤਾਸ਼ ਖੇਸ ਸੇਟ ਰੱਖਦੇ ਹਾਂ ਬਸ ਉਹਨੇ ਨਹੀਂ ਕਿਆ ਕਿੰਨਾ ਕੁ ਟਾਈਮ ਲੱਗ ਜੂ ਇਹ ਹੀ ਕੋਈ ਕੱਧਾ ਘੰਟਾ ਤੋਖਲੇ ਨੂੰ ਉਲੀ ਲੱਗੀ ਵੇਖ ਕੇ ਉਸ ਤਸੱਲੀ ਦਾ ਸਾਹ ਲਿਆ ਮੈਂ ਚੱਲਦਾ ਫਿਰ ਕਿਤੇ ਪਛੜੀ ਨਾ ਜਾਵਾਂ ਪੈਨਸ਼ਨੀਏ ਨੂੰ ਕੋਈ ਕਾਲ ਨਹੀਂ ਸੀ ਉਹਨੇ ਵੈਸੇ ਵੀ ਕਿਤੇ ਨਹੀਂ ਸੀ ਜਾਣਾ ਉਹਨੇ ਤਾਂ ਆਪਣੇ ਦਿਨਾਂ ਨੂੰ ਹਰ ਹੀਲੇ ਸੋਮ ਮੰਗਲ ਕਰਨਾ ਸੀ ਤੇ ਮੰਜੇ ਤੇ ਲੰਮੇ ਪੈਂਦੇ ਆ ਉਹ ਬੋਲਿਆ ਮੈਂ ਇੱਥੇ ਹੀ ਆ ਫਿਰ ਬਾਬਾ ਜੀ ਧੁੱਪੇ ਕਾਹਨੂੰ ਖੜੇ ਹੋ ਇੱਧਰ ਆ ਜਾਓ ਬਾਸੂ ਡੀਕ ਦੇ ਨੂੰ ਜਾਣਕਾਰ ਦੁਕਾਨਦਾਰ ਨੇ ਹਾਕ ਦੇ ਲਈ ਪੁੱਤ ਜਿਉਂਦਾ ਰਹੋ ਸਾਈਕਲ ਨੂੰ ਪੁਲੀ ਨਾਲ ਟੇਡਾ ਕਰਕੇ ਦੁਕਾਨ ਦੀ ਕਨਾਤ ਹੇਠ ਆ ਗਿਆ। ਉਹਦੀਆਂ ਅੱਖਾਂ ਚ ਉਤਰੀ ਤਪ ਠੰਡੀ ਪੈ ਗਈ ਸੀ। ਉਹਦੇ ਕੰਨਾਂ ਚੋਂ ਨਿਕਲਦਾ ਸੇਕ ਸੌਂ ਚੁੱਕਿਆ ਸੀ। ਉਦੋਂ ਤਾਂ ਐਵੇਂ ਨਮੂਸ਼ੀ ਚ ਦੌਰ ਚੌਰਾ ਹੁੰਦਾ ਰਿਹਾ ਸੀ। ਜਦੋਂ ਬਾਹਰੀ ਤਾਂ ਕੋਈ ਗੱਲ ਨਹੀਂ ਸੀ। ਮੁੰਡਾ ਚੰਗਾ ਸੀ, ਧੀ ਦੇ ਪਸੰਦ ਸੀ। ਉਹਨੂੰ ਤਾਂ ਸਗੋਂ ਖਲਜਗਣਾ ਤੋਂ ਮੁਕਤੀ ਮਿਲੀ ਸੀ। ਬੁੱਢੇ ਹੱਡ ਲੈ ਕੇ ਉਹਨੂੰ ਦਰਬਦਰ ਨਹੀਂ ਸੀ ਝਟਕਣਾ ਪਿਆ। ਸਸਤੇ ਭਾਅ ਮਿਲਿਆ ਜਵਾਈ ਵੀ ਲੱਖਾਂ ਚੋਂ ਇੱਕ ਸੀ ਥਿੰਦੇ ਬੈਂਚਰ ਤੇ ਬੈਠਦੇ ਹੋ ਆਪਣੇ ਆਪ ਵੱਲ ਪਰਤ ਆਇਆ ਬੱਚਿਆਂ ਵਰਗੇ ਚਾਚ ਬੋਲਿਆ ਅੱਜ ਵੱਡੀਆਂ ਛੋਟੀਆਂ ਆ ਰਹੀ ਐ ਕੈਨੇਡਾ ਤੋਂ ਚਲੋ ਚੰਗਾ ਦੁਕਾਨਦਾਰ ਚਾਹ ਵਾਲੀ ਪਤਲੀ ਨੂੰ ਅੰਗੀਠੀ ਤੋਂ ਲਾਉਂਦਾ ਬੋਲਿਆ ਉਧਰ ਤਾਂ ਚੰਗਾ ਪੈਸਾ ਦੱਸਦੇ ਆ ਗੱਲ ਕਰਿਓ ਭਲਾ ਜੇ ਆਪਣੇ ਨਿੱਕੇ ਦੀ ਗੱਲ ਬਣ ਜੇ ਤਾਂ ਸੌਖਾ ਟੁੱਕ ਖਾਊ ਕੋਈ ਨਹੀਂ ਮੈਂ ਕਰੂੰ ਗੱਲ ਦਿੱਲੀ ਵਾਲੀ ਬੱਸ ਮਿੱਟੀ ਉਡਾਉਂਦੀ ਐ ਡੇਚ ਵਿੱਚ ਦਾਖਲ ਹੋ ਗਈ ਉਹ ਗੋਡਿਆਂ ਤੇ ਹੱਥ ਰੱਖ ਕੇ ਉੱਠਿਆ ਤੇ ਹੌਲੀ-ਹੌਲੀ ਬੱਸ ਵੱਲ ਤੁਰ ਪਿਆ। ਉਹ ਜੇ ਬੱਸ ਤੋਂ ਉਤਰਦੀ ਭੀੜ ਨੂੰ ਘੂਰ ਹੀ ਰਿਹਾ ਸੀ ਕਿ ਧੀਓ ਦੇ ਕਲਾਵੇ 'ਚ ਆ ਗਈ। ਮੈਂ ਤੁਹਾਨੂੰ ਬੱਸ ਤੋਂ ਹੱਥ ਵੀ ਹਿਲਾਇਆ। ਬੱਚਿਆਂ ਨੇ ਆਵਾਜ਼ਾਂ ਵੀ ਦਿੱਤੀਆਂ। ਤੁਸੀਂ ਇੱਕ ਦੋ ਵਾਰ ਉਧਰ ਤੱਕਿਆ ਵੀ ਪਰ ਅਣਗੌਲਿਆ ਕਰ ਛੱਡਿਆ। ਪਰੇਸ਼ਾਨ ਜਿਹਾ ਹੋ ਕੇ ਉਹਨੇ ਧੀ ਦੇ ਬੁਆਏ ਕੱਟ ਵਾਲੇ ਵਾਲਾਂ ਵੱਲ ਦੇਖਿਆ ਤੇ ਫਿਰ हिੱਪੀ ਪਹਿਰਾਵੇ ਵਾਲੇ ਤਿੰਨਾਂ ਬੱਚਿਆਂ ਵੱਲ। ਉਹਨਾਂ ਦਾ ਸਿਰ ਪਲੋਸਦਿਆਂ ਉਦੇ ਜਗੋਂ 부ਜੂਂ ਕਰਦੇ ਚਾਹ ਦੀਆਂ ਜੜਾਂ ਨੂੰ ਸੇਮ ਪੈ ਗਈ। ਉਹ ਫਿੱਕੇ ਜਿਹੇ ਹੱਸ ਫਿੱਕਾ ਜਿਹਾ ਹੱਸਿਆ। ਪੁੱਤ ਮੈਂ ਤੁਹਾਨੂੰ ਪਛਾਣਦਾ ਕਿਸ ਤਰ੍ਹਾਂ? ਹੁਣ ਤਾਂ ਮੇਰੀ ਨਿਗਾਹ ਵੀ ਬੁੱਢੀ ਹੋ ਗਈ ਐ। ਉਹਨਾਂ ਨੂੰ ਰਿਕਸ਼ਿਆਂ 'ਚ ਬਿਠਾ ਕੇ ਉਸ ਘਰ ਵੱਲ ਧੋੜ ਦਿੱਤਾ। ਹੁੱਸੇ ਜੈ ਨੇ ਪੁਲੀ ਤੋਂ ਸਾਈਕਲ ਚੁੱਕਦਿਆਂ ਦੁਕਾਨਦਾਰ ਤੋਂ ਅੱਖਾਂ ਚੁਰਾਲੀਆਂ। ਚੁਬਾਰੇ 'ਚ ਕਾਂਵਾਂ ਰੌਲੀ ਮਚ ਗਈ। ਬੁੱਢਾ ਪੈਨਸ਼ਨੀਆਂ ਮੂੰਹ ਤੇ ਪਰਨਾ ਤਾਣੀ ਖੂਬ ਸੁਤਾਰਿਆ। ਧੀ ਨੇ ਆਪਣੇ ਸਮਾਨ ਦਾ ਵਿਖਾਲਾ ਪਾ ਲਿਆ। ਇਹ ਬਿਜਲੀ ਸੂਟ ਤੇ ਦਵਾਈਆਂ ਪਾਪਾ ਜੀ ਇਹ ਤੁਹਾਡੇ ਲਈ ਚਾਰਜ ਇਹਦੇ ਪਿਛਲੇ ਪਾਸੇ ਪੱਖਾ ਵੀ ਹੈ ਤੇ ਇਹ ਪਹਿਲਾਂ ਤਸੱਲੀ ਨਾਲ ਬੈਠ ਕੇ ਚਾਹ ਪੀ ਲਓ ਸੰਤ ਕੌਟਰੀ ਚੁੱਕੀ ਇਸ ਰਸੋਈ ਚੋਂ ਨਿਕਲੀ ਸਰਦਾਰ ਹਰਨ ਜੋਗੀ ਚਾਹ ਨਹੀਂ ਬਣਾਈ ਸਕੋ ਟਰੇ 'ਚ ਪੈਂਸ਼ਨੀਆਂ ਲਈ ਵੀ ਨੋਂਗੇ ਦਾ ਗਲਾਸ ਨਾ ਵੇਖ ਕੇ ਪੂਰਨ ਸਿੰਘ ਨੇ ਹੌਲੀ ਜੀ ਪੁੱਛਿਆ ਤੁਸੀਂ ਦੱਸਿਆ ਹੀ ਨਹੀਂ ਵੀ ਹੋ ਜੇ ਥੱਲੇ ਨੇ ਸੰਤ ਕੌਰ ਨੇ ਆਖਿਆ ਅਜੀ ਕਿਹੜਾ ਚਾਹ ਜੂਠੀ ਹੋਈ ਐ ਇੱਕ ਜਣੇ ਜੋਗੀ ਤਾਂ ਨਿਕਲ ਹੀ ਆਉ ਇਹ ਬੁੱਢਾ ਕੌਣ ਐ ਧੀਨੇ ਪੁੱਛਿਆ ਉਹ ਤੇ ਇਤਰਾ ਨਹੀਂ ਆਖੀਦਾ ਇਹ ਬੜੇ ਮਹਾਪੁਰਖ ਨੇ ਸਾਡੀ ਵੇਲੇ ਕੁਵੇਲੇ ਦੀ ਬਾਹ ਸੰਤ ਕੌਰ ਨੇ ਖਾਲੀ ਗਲਾਸ ਲਿਆ ਕੇ ਥੋੜੀ ਥੋੜੀ ਚਾਹ ਸਾਰੇ ਗਲਾਸਾਂ ਚੋਂ ਕੱਢ ਲਈ ਗਲਾਸ ਉਹਦੇ ਹੱਥੋਂ ਲੈ ਕੇ ਪੂਰਨ ਸਿੰਘ ਹੌਲੀ ਹੌਲੀ ਪੌੜੀਆਂ ਉਤਰ ਗਿਆ ਕੈਨੇਡਾ ਚ ਕੋਈ ਕਿਸੇ ਦੇ ਘਰ ਧਰਨਾ ਮਾਰ ਕੇ ਦੀ ਬੈਠਦਾ ਨੇ ਦੱਸਿਆ ਉੱਥੇ ਤਾਂ ਫੋਨ ਕਰਕੇ ਮਿਲਣ ਦਾ ਵਕਤ ਤੈਅ ਕਰਦੇ ਨੇ ਤੇ ਕੰਮ ਦੀ ਗੱਲ ਕਰਕੇ ਤਿੱਤਰ ਹੁੰਦੇ ਨੇ ਇੱਥੇ ਤਾਂ ਆ ਤੇਰੀ ਰੋਡੂਪੁਰੇ ਵਾਲੀ ਸੇਲੀ ਹੁੰਦੀ ਸੀ ਨਾ ਇਹ ਉਹਦਾ ਦਾਦਾ ਹੈ ਬੜਾ ਭਜਨ ਬੰਦਗੀ ਵਾਲਾ ਬੰਦਾ ਹੈ ਤੁਸੀਂ ਦੋਵੇਂ ਭੈਣਾਂ ਤਾਂ ਦੂਰ ਬੈਠੀਆਂ ਜੀ ਤੁਹਾਡੇ ਪਿੱਛੇ ਇਹ ਤਾਂ ਸਾਡਾ ਭਾਈਚਾਰਾ ਹੈ ਵੇਲੇ-ਕਵੇਲੇ ਕੰਮ ਆਉਣ ਵਾਲਾ ਟੱਬਰ ਹੈ ਸੰਤਕੌਰ ਨੇ ਦੱਸਿਆ ਤੇਰੇ ਪਾਪਾ ਜੀ ਕੋਲ ਤਾਜ ਖੇਡਣ ਆ ਜਾਂਦਾ ਹੈ ਆਪਣੇ ਲੋਕ ਤਾਸ਼ ਖੇਡਣ ਜੋਗਾ ਵਕਤ ਪਤਾ ਨਹੀਂ ਕਿੱਥੋਂ ਲੱਭ ਲੈਂਦੇ ਨੇ ਕੈਨੇਡਾ 'ਚ ਤਾਂ ਸੰਤ ਕੌਰ ਨੇ ਸਿਰ ਚੁੱਕ ਕੇ ਧੀਵਲ ਦੇਖਿਆ ਤੇ ਬੇਖਿਆਲੀ 'ਚ ਤਤੀ ਚਾਹ ਦਾ ਘੁੱਟ ਭਰ ਗਈ ਮੰਜੇ ਤੇ ਬੈਠਦੇ ਹਾਂ ਉਸ ਪੱਗ ਲਾ ਕੇ ਉਂਗਲਾਂ ਉੱਤੇ ਘੁਮਾਈ ਫਿਰ ਨੰਗੇ ਗੋਡੇ ਦੇ ਰੱਖ ਲਈ ਵਾਲਾਂ 'ਚ ਹੱਥ ਫੇਰਦੇ ਹੋ ਵੈਗਰੂ ਵੈਗਰੂ ਕੀਤਾ ਪਾਣੀ ਪੀਣ ਪਿੱਛੋਂ ਉਸ ਕਮੀਜ਼ ਤੇ ਕੁਰਤੀ ਲਾ ਕੇ ਟਣੀ ਤੇ ਖਿਲਾਰ ਦਿੱਤੀ ਬਰੇਕਾਂ ਵਾਲੇ ਕੱਚੇ ਦੀਆਂ ਸੋਣਾ ਠੀਕ ਕਰਦਾ ਉਹ ਪੱਖੇ ھیਟ ਖਿਸਕ ਗਿਆ। ਧੀ ਖਾਲੀ ਗਲਾਸ ਚ ਕਣਾਈ ਬੋਲੀ ਬਾਪੂ ਜੀ ਤੁਹਾਡੇ ਕੋਲ ਗਾਉਨ ਜਾਂ ਨਾਈਟ ਸੂਟ ਨਹੀਂ ਨਾ ਪੁੱਤ ਘਰੇ ਮੈਥੋਂ ਕਪੜੇ ਨਹੀਂ ਪੈਂਦੇ। ਪਰ ਪਾਪਾ ਜੀ ਘਰ ਕੁਝ ਤਾਂ ਪਾਉਣਾ ਹੀ ਚਾਹੀਦਾ। ਜਿੱਥੇ ਔਖ ਚ ਰਹਿਣਾ ਪਵੇ ਉਹ ਆਪਣਾ ਘਰ ਤਾਂ ਨਾ ਹੋਇਆ ਫਿਰ। ਪਰ ਇਸ ਤਰ੍ਹਾਂ ਦਾ ਚੰਗਾ ਨਹੀਂ ਲੱਗਦਾ। ਮੇਰੀਆਂ ਸਹੇਲੀਆਂ ਮਿਲਣ ਆਉਣਗੀਆਂ ਤਾਂ ਕੀ ਸੋਚਣਗੀਆਂ? ਨੰਗ ਟਡੰਗਾ ਬੈਠਣਾ। ਕੈਨੇਡਾ 'ਚ ਤਾਂ ਲੋਕ ਗੱਲ ਟੁਕ ਕੇ ਉਹ ਸਮਝਾਤੇ ਜਿਵੇਂ ਬੋਲੇ ਜਿੰਨੇ ਦਿਨ ਮੈਂ ਇੱਥੇ ਆ ਤੁਸੀਂ ਦਿਨ ਵੇਲੇ ਕੱਪੜੇ ਪਾਈ ਰੱਖਿਆ ਕਰੋ ਨਹੀਂ ਤਾਂ ਸਹੇਲੀਆਂ ਸਾਹਮਣੇ ਸਾਨੂੰ ਬਹੁਤ ਕੱਚਿਆ ਹੋਣਾ ਪਊ ਉਸ ਗਮਸਮ ਜਿਹਾ ਹੋ ਕੇ ਧੀ ਵੱਲ ਵੇਖਿਆ ਤੇ ਉਸ ਪਲ ਲਈ ਆਪਣੀ ਚੁੱਪ ਨੂੰ ਹੀ ਕੱਪੜਿਆਂ ਵਾਂਗ ਗਲ ਪਾ ਲਿਆ ਬੱਚਿਆਂ ਨੂੰ ਕਿਸੇ ਦਿਨ ਪਿੰਡ ਵਖਾ ਕੇ ਲਿਆਉਣਾ ਧੀ ਨੇ ਆਖਿਆ ਪੁੱਤੀਏ ਜਿਨ੍ਹਾਂ ਨੇ ਕੈਨੇਡਾ ਦਾ ਚੱਪਾ-ਚੱਪਾ ਵੇਖ ਲਿਆ ਉਹਨਾਂ ਨੂੰ ਉਹਨਾਂ ਨੂੰ ਪਿੰਡ 'ਚ ਕੀ ਹੈ ਬੱਚੇ ਆਪਣੀ ਜਨਮ ਭੂਮੀ ਦਾ ਵੇਖ ਲੈਣਗੇ ਮੈਂ ਇਹਨਾਂ ਨੂੰ ਪਿੰਡ ਵਿਖਾਉਣ ਦਾ ਵਾਅਦਾ ਕਰਕੇ ਲਿਆਈ ਸੀ ਉਸ ਨਿਆਣੀ ਵਰਗੀ ਰਿਆੜ ਨਾਲ ਗਿਆ ਮੈਂ ਬੀਜੀ ਨੂੰ ਨਾਲ ਲੈ ਜਾਉ ਸੰਤ ਕੌਰ ਦੇ ਬੋਲ ਜਿਵੇਂ ਬਰਫ਼ ਦੀ ਗੁਫਾ ਲੰਘ ਕੇ ਆਏ ਹੁਣ ਮੈਨੂੰ ਜ਼ਿਆਦਾ ਤੁਰਨਾ ਫਿਰਨਾ ਮਾਫਕ ਨਹੀਂ ਤੇ ਪਾਪਾ ਜੀ ਤੁਸੀਂ ਨਾਲ ਕਿਉਂ ਨਹੀਂ ਚੱਲੇ ਚੱਲਦੇ ਪੂਰਨ ਸਿੰਘ ਧੀ ਕੋਲੋਂ ਅੱਖ ਚੁਰਾ ਕੇ ਅਕਾਲੀ ਪੱਤਰਕਾ ਦੇ ਪੰਨੇ ਫਰੋਲਣ ਲੱਗ ਪਿਆ ਪੁੱਤ ਤੂੰ ਪਿੰਡ ਜਾਣ ਦਾ ਖਿਆਲ ਛੱਡ ਕਿਉਂ ਨਹੀਂ ਦਿੰਦੀ ਉਹ ਜਨਨੂ ਤਾਂ ਕੋਈ ਨਹੀਂ ਪਰ ਕਿਹਦਾ ਕਿਹਦਾ ਮੂੰਹ ਫੜਾਂਗੇ ਲੋਕ ਸੋਹ ਜੂੜੀ ਚ ਗੱਲਾਂ ਕਰਨਗੇ ਪਿੰਡ ਦੇ ਲੋਕ ਅਜੇ ਵੀ ਸਵੇਰੇ ਉੱਠ ਕੇ ਤੇਰੇ ਬਾਬੇ ਦਾ ਨਾਂ ਲੈਂਦੇ ਨੇ ਬਾਬਾ ਰਾਮ ਸਿੰਘ ਦੀ ਪੁੱਤਰੀ ਦੇ ਕੱਟੇ ਵਾਲ ਵੇਖ ਕੇ ਨਹੀਂ ਪੁੱਤ ਮੇਰੀ ਤਾਂ ਮਰਨ ਮਿੱਟੀ ਹੋ ਜਾ ਗੱਲ ਤੁਰੀ ਵੇਖ ਕੇ ਸੰਤ ਕੌਰ ਵੀ ਦਲੇਰ ਹੋ ਗਈ ਤੇ ਤੂੰ ਰਾਣੀ ਇਸ ਤਰ੍ਹਾਂ ਕਾ ਨੂੰ ਕਰਨਾ ਸੀ ਤੈਨੂੰ ਕਿਸੇ ਰਿਸ਼ਤੇਦਾਰ ਨੂੰ ਮਲਾਉਣ ਲਈ ਵੀ ਨਹੀਂ ਲਿਜਾ ਸਕਦੇ ਮੁੰਡੇ ਜਦੋਂ ਇੱਥੋਂ ਗਏ ਨਹੀਂ ਕੀ ਸੋਨੇ ਜੂੜੇ ਕਰਦੇ ਸੀ ਤੇ ਹੁਣ ਫੰਡਿਆਂ ਵਿੱਚ ਲੱਗਦੇ ਨੇ ਭਲਾ ਤੇ ਤੂੰ ਨਾ ਤਾਂ ਤੂੰ ਉਹਨਾਂ ਨੂੰ ਤਾਂ ਕੀ ਰੁਕਣਾ ਸੀ ਤੂੰ ਤਾਂ ਆਪ ਹੀ ਜਦੋਂ ਵਾਲ ਚਿੱਟੇ ਹੋਣ ਤੇ ਆਏ ਨੇ ਤਾਂ ਸਿਰ ਰਗੜ ਕੇ ਮਨਵਾ ਲਿਆ ਕੈਨੇਡਾ 'ਚ ਚੱਲ ਜਾਂਦਾ ਹੋ ਇੱਥੇ ਤਾਂ ਧੀ ਨੂੰ ਕਿੰਨੀ ਦੇਰ ਸਨ ਚੜੀ ਰਹੀ ਉਪਮਤਰੀ ਜੀ ਨੇ ਦੋਹਾਂ ਵੱਲ ਵੇਖਿਆ ਤੇ ਫਿਰ ਕੀ ਜੀ ਬੋਲੀ ਆਪਣੇ ਲੋਕ ਤਾਂ ਅਨਪੜ੍ਹ ਨੇ ਤੇ ਤੁਸੀਂ ਵੀ ਲੋਕਾਂ ਪਿੱਛੇ ਝੱਟ ਲੱਗ ਜਾਂਦੇ ਹੋ ਸਾਡੇ ਲੋਕ ਖੁਦ ਦਾ ਫਿਕਰ ਘੱਟ ਕਰਦੇ ਨੇ ਤੇ ਆਂਡੀਆਂ ਗੁੰਡੀਆਂ ਦਾ ਜ਼ਿਆਦਾ ਕੈਨੇਡਾ ਵਿੱਚ ਤਾਂ ਜਿਵੇਂ ਸੌਖਾ ਲੱਗਦਾ ਹੈ ਬਾਹਰੋਂ ਆ ਕੇ ਪੂਰਨ ਸਿੰਘ ਡਿਊੜੀ 'ਚ ਹੀ ਬੈਠ ਗਿਆ ਸਿਰ ਤੋਂ ਪੱਗ ਲਾ ਕੇ ਉਸ ਉਂਗਲਾਂ ਦੇ ਕੁਮਾਈ ਪੱਗ ਗੋਡੇ ਤੇ ਰੱਖਣ ਲੱਗਿਆ ਉਹਨੂੰ ਗਲ ਪਾਈ ਚੁੱਪ ਯਾਦ ਆ ਗਈ ਵਾਲਾਂ 'ਚ ਹੱਥ ਫੇਰਨ ਤੋਂ ਪਹਿਲਾਂ ਉਸ ਪੱਗ ਸਿਰ ਤੇ ਰੱਖ ਲਈ ਮੂੰਹ ਤੱਕ ਆਇਆ ਵੈਗਰੂ ਵੈਗਰੂ ਪਛਾਣ ਭਰਤ ਗਿਆ ਚੁਬਾਰੇ ਦੇ ਚੀਕ ਚਿਹਾਰੇ ਨੇ ਡਿਊੜੀ ਦੀ ਛੱਤ ਸਿਰ ਤੇ ਚੁੱਕ ਲਈ ਖੇਸੇਟ ਰੱਖੀ ਤਾਸ਼ ਨੂੰ ਨਾ ਉਂਗਲਾਂ ਨਾਲ ਟੋਂਦਿਆ ਉਹਨੇ ਧੀ ਦੇ ਵਾਪਸੀ ਦੇ ਦਿਨ ਗਿਣੇ ਖਿਜਿਆ ਹੋਇਆ ਰੋਲੇ ਨੂੰ ਮੁਖਾਤਿਬ ਹੋਇਆ ਪੁੱਤ ਤੁਸੀਂ ਤਾਂ ਦੁੱਧ ਹੀ ਖਾਣ ਵਾਲਾ ਕਰਤਾ ਪੁੱਤ ਪੁੱਤ ਤੁਸੀਂ ਤਾਂ ਦੁੱਧ ਹੀ ਖਾਣ ਵਾਲੇ ਕਰਤਾ ਚੁਬਾਰੇ ਦੇ ਰੋਲੇ ਨੇ ਕਬੂਤਰ ਵਾਂਗ ਅੱਖਾਂ ਮੀਟ ਲਈਆਂ ਅਗਲੇ ਪਲ ਧੀ ਤੁਣਕੀ ਪਪਾ ਜੀ ਤੁਸੀਂ ਤਾਂ ਇੰਜੋਏ ਵੀ ਨਹੀਂ ਕਰਨ ਦਿੰਦੇ ਸੰਤ ਕੌਰ ਨੇ ਵੀ ਤੀ ਦਾ ਪੱਖ ਪੂਰਿਆ ਨਿਆਣੇ ਗੌਣ ੜੇ ਸਨ ਤੁਹਾਨੂੰ ਥੱਲੇ ਬੈਠਿਆਂ ਨੂੰ ਪਤਾ ਨਹੀਂ ਕੀ ਉਹ ਪੌੜੀਆਂ ਚੜ੍ਹ ਕੇ ਵਿਟਰੀ ਤੀ ਕੋਲ ਜਾ ਬੈਠਾ ਪੁੱਤੀਏ ਮੈਨੂੰ ਕੋਈ ਪਤਾ ਸੀ ਮੈਂ ਸੋਚਿਆ ਖਾਉਣੀ ਨਿਆਣੇ ਲੜੀ ਜਾਂਦੇ ਨੇ ਤੂੰ ਭਾਈ ਜਵਾਲਾ ਸਿੰਘ ਉਹਨਾਂ ਦਾ ਕੀਰਤਨ ਨਹੀਂ ਸੁਣਿਆ ਤੂੰ ਨਿੱਕੀ ਸੀ ਉਦੋਂ ਬਹੁਤ ਰਸਵੰਦੇ ਸੀ ਬੱਚਿਆਂ ਦਾ ਝੁਕਾ ਵੀ ਰਾਗ ਵਿਦਿਆ ਵੱਲ ਕਰੋ ਆਹ ਰੌਲਾ ਤਾਂ ਤੀ ਪਰਿਪਿਤੀ ਬੋਲੀ ਕੀ ਗੱਲ ਇਹਨਾਂ ਨੂੰ ਕਰਨ ਲਈ ਹੋਰ ਕੰਮ ਨਾ ਲੱਭ ਦੁਪਹਿਰ ਪੱਠੀ ਬਣੀ ਹੋਈ ਸੀ ਪੂਰਨ ਸਿੰਘ ਨੇ ਸੋਚਿਆ ਅੱਜ ਦੀ ਦੁਪਹਿਰ ਉਹ ਪੈਨਸ਼ਨ ਹੀ ਯਾਰ ਦੀ ਨੇ ਮਿਹਨਤ guzaraਵੇ ਉੱਥੇ ਆਪਣੇ ਕੱਪੜੇ ਲਾ ਕੇ ਕਿਸੇ ਵੀ ਟਾਣੀ ਤੇ ਟੰਗ ਸਕਦਾ ਸੀ ਉੱਥੇ ਤੋਤਿਆਂ ਦੀਆਂ ਟੁਕੀਆਂ ਨਮੋਲੀਆਂ ਆਪਣੇ ਨੰਗੇ ਪਿੰਡੇ ਤੇ ਡਿੱਗਦੀਆਂ ਨੂੰ ਖਰਾਬ ਨਹੀਂ ਸੀ ਲੱਗਣੀਆਂ ਰੋਲੇ ਦੇ ਜਾਇਆਂ ਨੇ ਉਹਦੇ ਸਿਰ ਪੀੜ ਲਾ ਦਿੱਤੀ ਧੀਓ ਦਾ ਸਿਰ ਘੁੱਟਣ ਲੱਗ ਪਈ ਮੈਂ ਭਲਕੇ ਤੁਹਾਨੂੰ ਬਾਜ਼ਾਰੋਂ ਬਦਾਮ ਲਿਆ ਦੇਾਂਗੀ ਸਿਰ ਵਾਸਤੇ ਚੰਗੇ ਹੁੰਦੇ ਨੇ ਹੁਣ ਤਾਂ ਪੁੱਤੋ ਮਰੀ ਇਹੋ ਜਿਹੀ ਐ ਬਦਾਮਾਂ ਨਾਲ ਕੀ ਫਰਕ ਪਊ ਅੱਜਕੱਲ ਤੁਸੀਂ ਬਹੁਤ ਛੇਤੀ ਖੇਜ ਜਾਂਦੇ ਹੋ ਤੁਹਾਨੂੰ ਇੱਕਦਮ ਸਿਰਪੀੜ ਹੋਣ ਲੱਗ ਪੈਂਦੀ ਐ ਇਹ ਕਮਜ਼ੋਰ ਸਿਹਤ ਦੀ ਨਿਸ਼ਾਨੀ ਐ ਡਾਕਟਰ ਨੂੰ ਪੁੱਛ ਕੇ ਸਗੋਂ ਕੁਝ ਟੋਨਿਕ ਵੀ ਲਿਆ ਦਾਂਗੇ ਰੁੱਖ ਬਣਿਆ ਬਹੁਤ ਧੁੱਪਾਂ ਸਹਿਣੀਆਂ ਪੈਂਦੀਆਂ ਨੇ ਵੇਲ ਬੜਨਾ ਉਹਨੂੰ ਸੁਖਾਵਾ ਜਿਹਾ ਲੱਗਾ ਇਹ ਉਮਰੀ ਵੇਲ ਬਣਨ ਦੀ ਸੀ ਉਹ ਅੱਖਾਂ ਮਿੱਟੀ ਲੇਟਿਆ ਰਿਆ ਸਿਰ ਘੁੱਟਦੀ ਧੀ ਫਰੌਕ ਵਾਲੀ ਰਾਣੀ ਹੋ ਗਈ। ਅੱਖਾਂ ਮੀਟੀ ਨੰਨੇ ਹੱਥਾਂ ਨੂੰ ਪਲੋਸਦੇ ਹਾਂ ਉਸ ਬੜੇ ਮੋਹ ਨਾਲ ਆਖਿਆ ਰਾਣੀ ਪੁੱਤੀਏ ਤੇਰੇ ਸਿਰ ਘੁੱਟਣ ਨਾਲ ਮੈਂ ਬਿਲਕੁਲ ਰਾਜੀ ਹੋ ਗਿਆ। ਹੁਣ ਵਾਸ ਕਰ ਮੇਰੀ ਬੀਬੀ ਤੀ। ਰਾਤ ਦੇ ਪੈੜੇ ਨਾਲ ਤਾਰੇ ਲੁਕਣ ਮਿੱਟੀ ਖੇਡਣ ਲੱਗ ਪਏ। ਛੋਟਾ ਦੋਤਰਾ ਆ ਕੇ ਉਹਦੇ ਨੰਗੇ ਢਿੱਡ ਤੇ ਬੈਠ ਗਿਆ। ਉਸੋ ਦੀ ਤੁੰਨੀ ਚ ਉਂਗਲੀ ਫੇਰੀ ਫਿਰ ਉਸੇ ਖੇਡ ਚ ਰੁੱਝ ਗਿਆ। ਵੱਡੇ ਨੇ ਉਹਦੀ ਬਾਹ ਨੂੰ ਸਹਰਾਣਾ ਬਣਾ ਕੇ ਲੇਟਦੇ ਆਖਿਆ ਬਾਪੂ ਜੀ ਬਾਤ ਸੁਣੋ ਪਿਆਰ ਨਾਲ ਉਸ ਵੱਡੇ ਦੋਤਰੇ ਨੂੰ ਆਪਣੇ ਨਾਲ ਘੁੱਟ ਲਿਆ ਉਹ ਜੋ ਪਿਛਲੇ ਦਿਨੀ ਵੇਲ ਬਣਿਆ ਸੀ ਬਾਬਾ ਬੋੜੀ ਸੀ ਉਹਦੇ ਫਲਾਟ ਟਾਹਣੀਆਂ ਵੀ ਸਨ ਪੱਤੇ ਵੀ ਖਰਮਸਤੀ ਕਰਦੇ ਗਲੜਵੀ ਤੇ ਗੋਲਾ ਟੁੱਕਦੇ ਪਰਿੰਦੇ ਵੀ ਉਹਦੀਆਂ ਜੜ੍ਹਾਂ ਦੂਰ ਤੱਕ ਫੈਲੀਆਂ ਸੀ ਉਹਨੇ ਤਾਂ ਛਾਂ ਦੇਣੀ ਸੀ ਉਹਨੇ ਧੁੱਪ ਸਾਵੇਂ ਪਰਖ ਲਾਰ ਕੇ ਆਪਣੇ ਬੋਟਾਂ ਨੂੰ ਲੂ ਤੋਂ ਬਚਾਉਣਾ ਸੀ ਉਹ ਕਟਿਆ ਤਣਾ ਨਹੀਂ ਸੀ ਕਿ ਲੰਘੇ ਤੇ ਪਿਆ ਉਡਦੀ ਧੂੜ ਚ ਵਹਾਉਂਦਾ ਰਹੇ ਉਸ ਧੁੰਨੀ ਚੁੰਗਲ ਫੇਰ ਰਹੀ ਨਿੱਕੇ ਨੂੰ ਆਪਣੇ ਢਿੱਡ ਤੇ ਲਟਾ ਲਿਆ ਫਿਰ ਹੱਸਦਾ ਹੋਇਆ ਬੋਲਿਆ ਉਹ ਬਦਮਾਸ਼ੋ ਜ਼ਰਾ ਸਾਹ ਲਓ ਮੈਂ ਪਹਿਲਾ ਪਾਠ ਤਾਂ ਮੁਕਾ ਲਵਾਂ ਅੱਜ ਉਹ ਦਿਨ ਸੀ ਜੂ ਬਹੁਤਵਾਰ ਪੂਰਨ ਸਿੰਘ ਦੀ ਉਂਗਲਾਂ ਦੀ ਮਿੰਨਤੀ ਤੋਂ ਬਾਹਰ ਰਹਿ ਗਿਆ ਸੀ ਬੱਚੇ ਉਹਦਾ ਪਿਆਰ ਲੈ ਬਸ ਚ ਜਾ ਬੈਠੇ ਸਮਾਨ ਰਖਵਾ ਕੇ ਧੀ ਫੇਰ ਉਹਦੇ ਕੋਲ ਪਰਤ ਆਈ ਦਵਾਈਆਂ ਯਾਦ ਨਾਲ ਖਾਂਦੇ ਰਹੋ ਜੇ ਤਾਕਤ ਵਾਲੀਆਂ ਨੇ ਸਾਰੀਆਂ ਹੀ ਬੀਜੀ ਵੀ ਬੇਸ਼ੱਕ ਇਹ ਹੀ ਖਾਲਣ ਬਦਾਮਾਂ ਦੀ ਗਿਣਤੀ ਹੌਲੀ-ਹੌਲੀ ਵਧਾਇਓ ਸ਼ੁਰੂ ਚ ਬਹੁਤੇ ਪਹੁੰਚਾਉਣੇ ਔਖੇ ਹੋਣਗੇ ਹੋਰ ਕਿਤੇ ਕੋਈ ਨਹੀਂ ਪੁੱਤੀਏ ਤੂੰ ਫਿਕਰ ਨਾ ਕਰ ਉਸ ਮੂਹ ਪਿੱਛੇ ਜਿਹਨੇ ਆਖਿਆ ਤੂੰ ਆਪਣਾ ਖਿਆਲ ਰੱਖੀ ਸਾਡੇ ਲਈ ਤਾਂ ਤੇਰੇ ਵੱਲੋਂ ਆਉਂਦੀ ਠੰਢੀ ਵਾਈ ਬਹੁਤ ਹੈ ਪਿਛਲੇ ਦਿਨੀ ਘਰ ਭਾਂ ਭਾਂ ਚ ਬਹੁਤ ਫੁੱਲ ਖਿੜੇ ਸਨ ਅੱਜ ਫੇਰ ਉਹਦੇ ਤੇ ਬੁੱਢੇ ਪੈਨਸ਼ਨੀਅਰ ਵਿਚਕਾਰ ਘਸੇ ਪੱਤਿਆਂ ਵਾਲੀ ਤਾਸ਼ ਵੇਚ ਜਾਣੀ ਸੀ ਖਿਜਣ ਦਾ ਬਹਾਨਾ ਲੱਭਣ ਲਈ ਉਸ ਬੱਚਿਆਂ ਦੇ ਰੋਲੇਵਲ ਕੰਨ ਕਰਨੇ ਸਨ ਤੇ ਸੁਣਨਾ ਸੀ ਟਰਾਂਕਾਂ ਪਿੱਛੇ ਦੌੜਦੇ ਚੋਹਿਆਂ ਦਾ ਖੜਾਕ ਨਿੱਕਰ ਨੂੰ ਬਟਨ ਟਾਂਕ ਰਹੀ ਸੰਤਕੌਰ ਨੇ ਜਾਂਦਿਆਂ ਨੂੰ ਸ਼ਾਇਦ ਫੇਰ ਕੋਈ ਪੁਰਾਣਾ ਸਵੈਟਰ ਉਧੇੜ ਲਿਆ ਹੋਵੇ ਧੀ ਨੂੰ ਹੁਣੇ ਪਰਤਣ ਲਈ ਜ਼ੋਰ ਦੇਣ ਵਰਗੇ ਲੈਜੇ ਚੋਸਾਖੇ ਪੁੱਤੀਏ ਤੂੰ ਬੱਚਿਆਂ ਨੂੰ ਲੈ ਕੇ ਹਰ ਸਾਲ ਹੀ ਆ ਜਾਕਰ ਸਾਡੇ ਕੋਲ ਵੀ ਤਾਂ ਕੁਝ ਰੌਣਕ ਰਹੇ ਪਾਪਾ ਜੀ ਹਰ ਸਾਲ ਤਾਂ ਕਿੱਥੇ ਆਇਆ ਜਾਂਦੇ ਐਨੇ ਰੁਪਏ ਤਾਂ ਫਿਰ ਕਾਨੂੰ ਪਟਟਣੇ ਨੇ ਨਿਮੋ ਝੂਨੇ ਹੋਏ ਨੇ ਕਮੀਜ਼ ਹੀਠਾਂ ਪਾਏ ਗਾਤਰੇ ਨੂੰ ਠੀਕ ਕੀਤਾ ਗਾਤਰੇ ਤੇ ਹੱਥ ਲੱਗਦਿਆਂ ਧੀ ਦੇ ਬੁਆਏ ਕੱਟ ਵਾਲੇ ਮੁਰ ਰਿਸ਼ਤੇ ਵਿਚਾਲੇ ਆ ਗਏ ਡਰਾਈਵਰ ਨੇ ਬੱਸ ਦਾ ਹਾਰਨ ਮਾਰ ਦਿੱਤਾ ਬੱਚਿਆਂ ਨੇ ਬੱਸ ਚੋਂ ਹਾਕ ਮਾਰੀ ਰਿਸ਼ਤੇ ਦੇ ਨਿਗਲੇ ਬੁੱਢੇ ਪਿਓ ਦੇ ਕਲਾਵੇ ਚ ਆਈ ਧੀ ਕੁਕੜੀ ਦੇ ਖੰਭਾਂ ਵਾਂਗ ਹੀਟ ਥਾਂ ਪਾਲ ਰਹੀ ਝੂਟੇ ਵਰਗੀ ਹੋ ਗਈ ਧੀ ਦੇ ਸਿਰ ਵੱਲ ਉਠਿਆ ਉਦਾ ਹੱਥ ਬੇਸਹਾਰੇ ਪੌਦੇ ਵਾਂਗ ਕੁਮਲਾ ਕੇ ਧੀ ਦੇ ਮੋਢੇ ਤੇ ਟਿਕ ਗਿਆ। ਪਰਦੇਸਨ ਤੇ ਲਈ ਉਹ ਇਸ ਪਲ ਜਿੰਮੋ ਦਾ ਕਤਰਾ ਵੀ ਨਹੀਂ ਸੀ। ਉਹ ਜ਼ਰਖੇ ਜ਼ਮੀਨ ਦਾ ਟੋਟਾ ਸੀ। ਰੀਤ ਕਿਦਾਂ ਹੋ ਗਿਆ? ਸ਼ਾਇਦ ਧੀ ਦੇ ਕੱਟੇ ਹੋਏ ਵਾਲਾਂ ਨੇ ਉਹਨੂੰ ਸਾਂਝੇ ਖੂਨ ਖੂਹ ਦੇ ਚੋਂ ਦੇ ਡੋਲ ਵਰਗਾ ਬਣਾ ਦਿੱਤਾ ਸੀ। ਸਾਰਾ ਪਿਆਰ ਟਿੱਪ ਟਿੱਪ ਕਰਕੇ ਝੋ ਗਿਆ ਸੀ। ਉਹਦੇ ਮੱਥੇ 'ਚੋਂ ਸੇਕ ਨਿਕਲਣ ਲੱਗ ਪਿਆ। ਸਮੁੰਦਰ ਦੀ ਹਿੱਕ ਤੇ ਵਗੀ ਪਾਉਣ ਜੇ ਕੁਝ ਨਮਕੀਨ ਹੋ ਗਏ ਹੋਵੇ ਤਾਂ ਪਾਉਣ ਦਾ ਕੀ ਦੋਸ਼ ਤੁਰਨ ਲੱਗੀ ਬੱਸ ਚ ਕਾਲੀ ਨਾਲ ਚੜਦਿਆਂ ਉਸ ਡਰਾਈਵਰ ਨੂੰ ਕੁਝ ਰੁਕਣ ਲਈ ਆਖਿਆ ਸਵਾਰੀਆਂ ਤੇ ਡਿੱਗਦਾ ਟੈਂਦਾ ਉਹ ਧੀ ਤੱਕ ਪਹੁੰਚਿਆ ਕੁੱਤੀਏ ਮੈਂ ਤਾਂ ਤੈਨੂੰ ਪਿਆਰ ਦੇਣਾ ਹੀ ਭੁੱਲ ਗਿਆ ਸੀ ਸਿਰ ਪਲੋਸਦਿਆਂ ਉਸ ਧੀ ਦਾ ਮੱਥਾ ਚੁੰਮ ਲਿਆ ਤੇ ਭਰੀਆਂ ਅੱਖਾਂ ਨਾਲ ਬੋਲਿਆ ਜਦੋਂ ਤੂੰ ਅਗਲੀ ਵਾਰ ਆਏਂਗੀ ਪਤਾ ਨਹੀਂ ਮੈਂ ਹੋਣਾ ਵੀ ਹੈ ਕਿ ਨਹੀਂ ਬੱਚਿਆਂ ਦਾ ਸਿਰ ਪਲੋਸ ਕੇ ਉਹ ਬੱਸ ਚ ਉਤਰ ਗਿਆ ਤੀਨੇ ਚਲਦੀ ਬਸਚੋਂ ਨਦੀ ਦੇ ਰੁੱਖ ਨੂੰ ਵਿਦਾ ਅਖੀ ਵੱਡੇ ਦੀ ਗੋਦੀ 'ਚ ਪਏ ਗੁਲਦਸਤੇ ਦੀ ਬੇਤਿਆਨੀ ਚ ਟਾਣੀ ਟੁੱਕਦਿਆਂ ਉਸ ਠੰਡਾ ਸਾਹ ਭਰਿਆ ਤੇ ਪਿੱਛੇ ਦੌੜਦੇ ਖੇਤਾਂ ਵੱਲ ਤੱਕਦਿਆਂ ਅੱਖਾਂ ਪੁੰਝ ਲਈਆਂ ਧੁੰਨੀ ਚੁੰਗਲ ਫੇਰਨ ਦੀ ਖੇਡ ਖੇਡਣ ਵਾਲੇ ਦੋਤਰੇ ਨੇ ਮਿੱਟੀ ਦੇ ਗੁਬਾਰ ਓਲੇ ਗੁੰਮ ਹੋ ਗਏ ਲਈ ਆਖਰੀ ਵਾਰ ਹੱਥੇ ਲਾਇਆ ਧੰਨਵਾਦ